ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਜਗਬਾਣੀ ਟੀ ਵੀ ਅਤੇ ਮੈਂ ਹਾਂ ਨਵਦੀਪ ਸ਼ਰਮਾ। ਨਜ਼ਰ ਪਾਉਂਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ 'ਤੇ। ਮਿਸ਼ਨ ਵਪਾਰ ਨੂੰ ਸਫਲ ਬਣਾਉਣ ਲਈ ਮੁੰਬਈ ਪਹੁੰਚੇ ਸੀਐਮ ਮਾਨ, ਕਾਰੋਬਾਰੀਆਂ ਨਾਲ ਕੀਤੀ ਮੁਲਾਕਾਤ। ਸਨ ਫਾਰਮਾ ਦੇ ਸੀਈਓ ਦਾਮੋਦਰਨ ਸਤਗੋਪਨ ਨਾਲ ਸੀਐਮ ਮਾਨ ਨੇ ਕੀਤੀ ਮੁਲਾਕਾਤ। ਸੀਈਓ ਨੇ ਪੰਜਾਬ 'ਚ ਵਪਾਰ ਕਰਨ ਲਈ ਸੁਖਾਵੇਂ ਮਾਹੌਲ ਦੀ ਕਹੀ ਗੱਲ। ਸੀਐਮ ਮਾਨ ਨੇ ਆਰਪੀਜੀ ਗਰੁੱਪ ਦੇ ਵਾਈਸ ਚੇਅਰਮੈਨ ਅਨੰਤ ਗੋਇੰਕਾ ਨਾਲ ਵੀ ਕੀਤੀ ਮੁਲਾਕਾਤ। ਪੰਜਾਬ ਵਿੱਚ ਸੀਐਟ ਟਾਇਰ ਦਾ ਪਲਾਂਟ ਲਗਾਉਣ ਦਾ ਦਿੱਤਾ ਸੱਦਾ। ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਸੀਐਮ ਮਾਨ ਨੇ ਕੀਤਾ ਟਵੀਟ, ਲਿਖਿਆ ਆਓ ਬਜ਼ੁਰਗਾਂ ਦੇ ਮਾਣ ਸਨਮਾਨ ਨੂੰ ਕਾਇਮ ਰੱਖਣ ਦਾ ਕਰੀਏ ਪ੍ਰਣ। ਰਾਜਸਥਾਨ ਦੇ ਸੀਐਮ ਭਜਨ ਲਾਲ ਨੂੰ ਮਿਲੇ ਰਵਨੀਤ ਬਿੱਟੂ, ਅੱਜ ਰਾਜ ਸਭਾ ਲਈ ਨਾਮਜ਼ਦਗੀ ਕਰਨਗੇ ਦਾਖਲ। ਹਰਸਿਮਰਤ ਕੌਰ ਬਾਦਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਕੰਗਣਾ ਦੀ ਫਿਲਮ ਐਮਰਜੈਂਸੀ ਦਾ ਨਾਂ ਲੈ ਕੇ ਭਾਜਪਾ ਨੂੰ ਘੇਰਿਆ। ਪੰਜਾਬ ਵਿੱਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼, ਮੋਹਾਲੀ ਵਿੱਚ ਜੁਟੀ ਲੀਡਰਸ਼ਿਪ, ਮੈਂਬਰਸ਼ਿਪ ਲਈ ਮਿਸਡ ਕਾਲ ਨੰਬਰ ਜਾਰੀ। ਰਿਜ਼ਰਵੇਸ਼ਨ ਬਚਾਓ ਸੰਘਰਸ਼ ਕਮੇਟੀ ਦੇ ਭਾਰਤ ਬੰਦ ਦੇ ਸੱਦੇ ਦਾ ਪੰਜਾਬ ਵਿੱਚ ਨਾਂ ਦੇ ਬਰਾਬਰ ਨਜ਼ਰ ਆਇਆ ਅਸਰ। ਜਲੰਧਰ, ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਵਿੱਚ ਬੰਦ ਦੀ ਕਾਲ ਪੂਰੀ ਤਰ੍ਹਾਂ ਬੇਅਸਰ। ਪੰਜਾਬ ਵਿੱਚ ਬਦਲੀਆਂ ਦਾ ਦੌਰ ਜਾਰੀ, ਇੱਕ IPS ਅਤੇ 9 PPS ਅਧਿਕਾਰੀਆਂ ਦੇ ਫੇਰ ਹੋਏ ਤਬਾਦਲੇ। ਸੁਖਵੰਤ ਸਿੰਘ ਨੂੰ AIG ਵੈਲਫੇਅਰ ਪੰਜਾਬ ਤੋਂ DIG ਵੈਲਫੇਅਰ ਪੰਜਾਬ ਲਗਾਇਆ ਗਿਆ। ਜਸਕਰਨ ਕੌਰ ਨੂੰ RG ਤੌਰ 'ਤੇ AIG ਜੋਨਲ CID ਜਲੰਧਰ ਦਫ਼ਤਰ ਵਿਖੇ ਕੀਤਾ ਗਿਆ ਤਾਇਨਾਤ। ਮੋਗਾ ਦੇ GT ਰੋਡ 'ਤੇ ਸ਼ੋਰੂਮ ਵਿੱਚ ਅਚਾਨਕ ਲੱਗੀ ਅੱਗ, ਸ਼ੋਰੂਮ ਅੰਦਰ ਖੜੀਆਂ ਨਵੀਆਂ ਇਲੈਕਟ੍ਰੋਨਿਕ ਸਕੂਟਰੀਆਂ ਹੋਈਆਂ ਸਵਾਹ, ਚਾਰਜਿੰਗ ਵਾਲੀ ਤਾਰ ਵਿੱਚ ਸਪਾਰਕਿੰਗ ਹੋਣ ਕਾਰਨ ਲੱਗੀ ਸੀ ਅੱਗ। ਖਰੜ ਵਿਖੇ ਗੈਸਟ ਹਾਊਸ ਵਿੱਚ ਲੜਕੀ ਨਾਲ ਜਨਮਦਿਨ ਮਨਾਉਣ ਆਏ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਹੋਈ ਮੌਤ, ਦਰਵਾਜ਼ਾ ਤੋੜ ਕੇ ਬਾਥਰੂਮ ਵਿੱਚੋਂ ਕੱਢੀ ਗਈ ਲਾਸ਼। ਅਬੋਹਰ ਮਲੋਟ ਰੋਡ ਸਥਿਤ ਪਿੰਡ ਬੱਲੂਆਣਾ ਵਿਖੇ ਨਿਰਮਾਣ ਅਧੀਨ ਪੁਲ ਦੇ ਹੇਠਾਂ ਖੜ੍ਹੇ ਦੋ ਮਜ਼ਦੂਰਾਂ 'ਤੇ ਆ ਡਿੱਗਿਆ ਪੱਥਰ, ਇੱਕ ਮਜ਼ਦੂਰ ਨੌਜਵਾਨ ਦੀ ਹੋਈ ਮੌਤ, ਦੂਸਰਾ ਨੌਜਵਾਨ ਹੋਇਆ ਜ਼ਖਮੀ। ਬਠਿੰਡਾ ਜੀਰਕਪੁਰ ਨੈਸ਼ਨਲ ਹਾਈਵੇ 'ਤੇ ਇੱਕ ਟਰੱਕ ਦੀ ਬਿਜਲੀ ਟਰਾਂਸਫਾਰਮਰ ਨਾਲ ਹੋਈ ਟੱਕਰ, ਲੱਗੀ ਭਿਆਨਕ ਅੱਗ, ਟਰੱਕ ਚਾਲਕ ਨੇ ਛਾਲ ਮਾਰ ਬਚਾਈ ਜਾਨ। ਲੁਧਿਆਣਾ ਵਿਖੇ ਤੀਸਰੀ ਮੰਜ਼ਿਲ ਤੋਂ ਡਿੱਗੀ ਮਹਿਲਾ, ਨੀਂਦ ਵਿੱਚ ਚੱਲਦੇ ਸਮੇਂ ਵਾਪਰਿਆ ਹਾਦਸਾ, ਗੰਭੀਰ ਤੌਰ 'ਤੇ ਜ਼ਖਮੀ ਮਹਿਲਾ ਨੂੰ PGI ਵਿੱਚ ਕਰਵਾਇਆ ਗਿਆ ਭਰਤੀ। ਪਟਿਆਲਾ ਵਿਖੇ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਦੀ ਮੀਟਿੰਗ, ਅੱਜ ਸ਼ੰਭੂ ਬਾਰਡਰ ਖੋਲ੍ਹਣ ਦੇ ਮਾਮਲੇ 'ਤੇ ਹੋਵੇਗੀ ਚਰਚਾ, ਭਲਕੇ ਸੁਪਰੀਮ ਕੋਰਟ ਵਿੱਚ ਹੋਵੇਗੀ ਸੁਣਵਾਈ। ਲੁਧਿਆਣਾ ਵਿਖੇ ਕੈਮਿਸਟਾਂ ਨੇ ਕੀਤਾ ਰੋਸ ਮਾਰਚ, ਕਿਹਾ ਕੋਲਕਾਤਾ ਘਟਨਾ ਨੇ ਕੀਤਾ ਸ਼ਰਮਸਾਰ, ਦੋਸ਼ੀਆਂ ਨੂੰ ਦਿੱਤੀ ਜਾਵੇ ਫਾਂਸੀ ਦੀ ਸਜ਼ਾ। ਕੋਲਕਾਤਾ ਡਾਕਟਰ ਕਤਲ ਮਾਮਲੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਬਰਨਾਲਾ ਵਿਖੇ ਰੋਸ ਪ੍ਰਦਰਸ਼ਨ ਜਾਰੀ, ਕੱਢਿਆ ਗਿਆ ਕੈਂਡਲ ਮਾਰਚ। ਕੋਲਕਾਤਾ ਡਾਕਟਰ ਕਤਲ ਮਾਮਲੇ ਵਿੱਚ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਕੁਰਾਲੀ ਵਿਖੇ ਸੜਕਾਂ 'ਤੇ ਉਤਰੇ ਨੌਜਵਾਨ ਅਤੇ ਔਰਤਾਂ, ਕੱਢਿਆ ਕੈਂਡਲ ਅਤੇ ਰੋਸ ਮਾਰਚ। ਅੰਮ੍ਰਿਤਸਰ ਵਿਖੇ ਸਵੇਰੇ ਤੜਕਸਾਰ ਪਏ ਤੇਜ਼ ਮੀਂਹ ਨਾਲ ਹੈਰੀਟੇਜ ਸਟਰੀਟ ਹੋਈ ਜਲਥਲ, ਪ੍ਰਸ਼ਾਸਨ ਦੇ ਮਾੜੇ ਇੰਤਜ਼ਾਮਾਂ ਦੀ ਖੁੱਲ੍ਹੀ ਪੋਲ। ਸ੍ਰੀ ਮੁਕਤਸਰ ਸਾਹਿਬ ਵਿਖੇ ਬਾਈਕ 'ਤੇ ਜੂਸ ਪੀਣ ਆਏ ਬਦਮਾਸ਼ਾਂ ਨੇ ਕੀਤੀ ਲੁੱਟ, ਦੇਰ ਰਾਤ ਬਣਿਆ ਸਹਿਮ ਦਾ ਮਾਹੌਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ। ਅੱਜ ਹੋਣ ਵਾਲੀ ਚੰਡੀਗੜ੍ਹ ਨਗਰ ਨਿਗਮ ਦੀ ਬੈਠਕ ਹੋਈ ਮੁਲਤਵੀ, ਮੇਅਰ ਕੁਲਦੀਪ ਕੁਮਾਰ ਦੀ ਵਿਗੜੀ ਸਿਹਤ ਨੂੰ ਦੱਸਿਆ ਜਾ ਰਿਹਾ ਕਾਰਨ। ਬਾਬਾ ਬਕਾਲਾ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਹੱਲੇ 'ਚ ਚੱਲੀ ਗੋਲੀ, ਨਿਹੰਗ ਸਿੰਘ ਦੀ ਹੋਈ ਮੌਕੇ 'ਤੇ ਮੌਤ, ਜਾਂਚ ਕਰ ਰਹੀ ਪੁਲਿਸ। ਸਨੈਚਿੰਗ, ਚੋਰੀ ਸਣੇ ਹੋਰ ਵਾਰਦਾਤਾਂ ਵਿੱਚ ਸ਼ਾਮਲ ਮੁਲਜ਼ਮਾਂ ਖਿਲਾਫ਼ ਮੁਹਾਲੀ ਪੁਲਿਸ ਹੋਈ ਸਖ਼ਤ, 9 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ। ਸਰਕਾਰੀ ਹਸਪਤਾਲ ਮਾਛੀਵਾੜਾ ਵਿਖੇ ਗਰੀਬ ਗਰਭਵਤੀ ਨੂੰ ਜਣੇਪੇ ਤੋਂ ਕੀਤਾ ਮਨਾ, ਪਤੀ ਨੇ ਪਤਨੀ ਦੇ ਇਲਾਜ ਲਈ ਬਾਜ਼ਾਰ ਵਿੱਚ ਭੀਖ ਮੰਗ ਕੇ ਪ੍ਰਾਈਵੇਟ ਹਸਪਤਾਲ ਵਿੱਚ ਕਰਵਾਇਆ ਇਲਾਜ। ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਲਈ ਜੁੜੇ ਰਹੋ ਜਗਬਾਣੀ TV ਨਾਲ।